हां जी दोस्तों ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਧੂ ਮੂਸੇਵਾਲ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਦੇ ਕੋਈ ਦੋਸ਼ੀ ਸਾਹਮਣੇ ਆਉਂਦਾ ਹੈ ਅਤੇ ਕਦੇ ਕੋਈ ਪਰ ਦੋਸਤੋ ਆਪਾਂ ਇਹ ਵੀ ਜਾਣਦੇ ਹਾਂ ਕਿ ਮੂਸੇਵਾਲ ਦੀ ਮੌਤ ਤੋਂ ਬਾਅਦ ਪੰਜਾਬੀ ਸਿੰਗਰ ਮਨਕੀਰਤ ਔਲਖ ਤੇ ਵੀ આરોਪ ਲੱਗ ਰਹੇ ਹਨ ਕਿ ਮਨਕੀਰਤ ਔਲਖ ਦਾ ਵੀ ਇਸ ਕਤਲ ਮਾਮਲੇ ਵਿੱਚ ਹੱਥ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਦੋਸਤੋ ਕਿ ਮਨਕੀਰਤ ਔਲਖ ਦੀ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਹੁਣ ਬਾਹਰ ਚਲਾ ਗਿਆ ਹੈ ਮਨਕੀਰਤ ਔਲਖ ਦੀ ਇੱਕ ਕਾਲਜ਼ ਟਾਈਮ ਦੀ ਦੋਸਤ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿੱਥੇ ਕਿ ਉਸਨੇ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਹਨ ਅਤੇ ਮਨਕੀਰਤ ਔਲਖ ਤੇ ਵਿਸ਼ਨੋਈ ਦੀ ਯਾਰੀ ਬਾਰੇ ਵੀ ਦੱਸਿਆ ਹੈ ਅਤੇ ਹੋਰ ਵੀ ਬਹੁਤ ਕੁਝ ਗੱਲਾਂ ਲਿਖੀਆਂ ਹਨ ਜੋ ਅਸੀਂ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਇਸ ਪੋਸਟ ਵਿੱਚੋਂ ਅਸੀਂ ਤੁਹਾਨੂੰ ਮੇਨ ਮੇਨ ਗੱਲਾਂ ਦੱਸਦੇ ਹਾਂ ਇਸ ਵਿੱਚ ਮਨਕੀਰਤ ਔਲਖ ਦੀ ਫਰੈਂਡ ਨੇ ਲਿਖਿਆ ਹੈ ਕਿ ਮਨਕੀਰਤ ਔਲਖ ਨੂੰ ਕਈ ਗੈਂਗਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਨਕੀਰਤ ਦੀਆਂ 8-10 ਸਾਲ ਪੁਰਾਣੀਆਂ ਫੋਟੋ ਚੱਕ ਕੇ ਲੋਕ ਉਸ ਦੀ ਭੰਡੀ ਕਰ ਰਹੇ ਹਨ ਅਤੇ ਉਸ ਨੂੰ ਵਿ ਉਦੋਂ ਦੀਆਂ ਨੇ ਜਦੋਂ ਅਸੀਂ ਪੰਜਾਬ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਅਤੇ ਅਸੀਂ ਸੋਪੂ ਪਾਰਟੀ ਵਿੱਚ ਹੁੰਦੇ ਸੀ ਅਸੀਂ ਸਭ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਅਤੇ ਲਾਇਰੈਂਸ ਬਿਸ਼ਨੋਈ ਵੀ ਸਾਡੀ ਪਾਰਟੀ ਵਿੱਚ ਹੀ ਹੁੰਦਾ ਸੀ ਅਤੇ ਉਸ ਤੋਂ ਬਾਅਦ ਫਿਰ ਬਰਿੰਦਰ ਬਾਈ ਅਤੇ ਗੋਲਦੀ ਬਾਈ ਐਨਐਸਯੂਆਈ 'ਚ ਚਲੇ ਗਏ ਤੇ ਵਿਕੀ ਰੋਬਨ ਬਰਾੜਹੋਰੀ ਐਸਓਆਈ 'ਚ ਚਲੇ ਗਏ ਪਰ ਸਭ ਦੇ ਨਿੱਜੀ ਤੌਰ ਤੇ ਰਿਸ਼ਤੇ ਉਵੇਂ ਹੀ ਬਣੇ ਰਹੇ ਪਰ ਉਸ ਸਮੇਂ ਲੜਾਈਆਂ ਜ਼ਿਆਦਾ ਰਹਿਣ ਕਰਕੇ ਬਿਸ਼ਨੋਈ ਉਰੀ ਅਪਰਾਧੀ ਦੁਨੀਆ 'ਚ ਚਲੇ ਗਏ ਅਤੇ ਸੋਪੂ ਸਿਰਫ ਇੱਕ ਪਾਰਟੀ ਬਣ ਕੇ ਰਹਿ ਗਈ ਅਤੇ ਮਨਕੀਰ ਤੌਲਖ ਹਰਫ ਚੀਮਾ ਬਿਨੇਪਾਲ ਪੁੱਟਰ ਇਹ ਆਪਣੀ ਕਲਾਕਾਰੀ ਆਪੋ ਆਪਣੇ ਰਾਹ ਪਾਏ ਗਏ ਸਨ ਕਿਸੇ ਨੇ ਕੋਈ ਰਸਤਾ ਚੁਣ ਲਿਆ ਸੀ ਅਤੇ ਕਿਸੇ ਨੇ ਕੋਈ ਪੁਰਾਣਾ ਜਾਣਕਾਰ ਹੋਣਾ ਕਰਮਾਂ ਦਾ ਦੋਸ਼ੀ ਨਹੀਂ ਬਣਾਉਂਦਾ 2011-12 ਵਿੱਚ ਸਭ ਦੀ ਇੱਕੋ ਪਾਰਟੀ ਸੀ ਪਰ ਅੱਜ ਸਭ ਦੇ ਰਾਹ ਅਲੱਗ ਹੋ ਚੁੱਕੇ ਹਨ ਜੇਕਰ ਮਨਕੀਰਤ ਨੇ ਪੋਸਟ ਪਾਈ ਬਿਸ਼ਨੋਈ ਨੂੰ ਵੀਰ ਲਿਖਤਾ ਤਾਂ ਕੀ ਗੁਨਾਹ ਕਰਤਾ ਉਸ ਸਮੇਂ ਉਸ ਨੂੰ ਕੀ ਪਤਾ ਸੀ ਉਹ ਮੁੰਡਾ ਗੈਂਗਸਟਰ ਹੋਵੇਗਾ ਗੁਰਲਾਲ ਨੂੰ ਮਾਰਿਆ ਇੰਨਾ ਫਿਰ ਵਿੱਕੀ ਬਾਈ ਜਿਨ੍ਹਾਂ ਨੇ ਆਮ ਘਰਾਂ ਤੋਂ ਉੱਠ ਕੇ ਆਪਣੇ ਆਪ ਨੂੰ ਕਿਸੇ ਮੁਕਾਮ ਤੱਕ ਖੜੇ ਕੀਤਾ ਸੀ ਫਿਰ ਹੁਣ ਬੇਰਹਿਮੀ ਨਾਲ ਉਸ ਨੂੰ ਮਾਰ ਦਿੱਤਾ ਜਿਸ ਨੇ ਗਰੀਬੀ ਚ ਨਿਕਲ ਕੇ ਮਿਹਨਤਾਂ ਕਰਕੇ ਕੈਨੇਡਾ ਤੋਂ ਪੰਜਾਬ ਦੇ ਪਿੰਡ ਵਾਪਸੀ ਕੀਤੀ ਡੱਬਿਆਂ ਦਾ ਪੁੱਤ ਬਣਿਆ ਜਿਸ ਦਾ ਗੈਂਗਾ ਨਾਲ ਨੇੜੇ ਤੇੜੇ ਵੀ ਕੋਈ ਵਾਅ ਵਾਸਤਾ ਨਹੀਂ ਸੀ ਤੇ ਹੁਣ ਮਨਕੀਰਤ ਨੂੰ ਧੌਂਕੀਆਂ ਦੇ ਰਹੇ ਹਨ ਕੀ ਤੁਸੀਂ ਹੁਣ ਉਸ ਨੂੰ ਵੀ ਮਰਵਾਉਣਾ ਚਾਹੁੰਦੇ ਹੋ ਮਨਕੀਰਤ ਨੂੰ ਅਸੀਂ ਅੱਖੀ ਮਿਹਨਤ ਕਰਦੇ ਦੇਖਿਆ ਉਹ ਵੀ ਇੱਕ ਆਮ ਪਰਿਵਾਰ ਤੋਂ ਮਿਹਨਤ ਕਰਕੇ ਉੱਠਿਆ ਹੁਣ ਉਸ ਦੀਆਂ ਪੁਰਾਣੀਆਂ ਫੋਟੋਆਂ ਗਲਤ ਤਰੀਕੇ ਨਾਲ ਵਾਇਰਲ ਨਾ ਕਰੋ ਵਿੱਕੀ ਬਾਈ ਤੇ ਸੁਭਦੀਪ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਜੋੜ ਕੇ ਤੇ ਗੈਂਗਸਟਰਾਂ ਦੇ ਇਹ ਕਾਰਨਾਮੇ ਨੂੰ ਹਵਾ ਦੇ ਰਹੇ ਹਨ ਜਦਕਿ ਦੋਨਾਂ ਦੇ ਕਤਲ ਇਨਾ ਗੈਂਗਾ ਵੱਲੋਂ ਕੀਤਾ ਗਿਆ ਪਰ ਇਹ ਨਾ ਕਿਸੇ ਗੈਂਗ ਦੇ ਹਨ ਤੇ ਨਾ ਗੈਂਗਸਟਰਾਂ ਇਹ ਗੈਂਗਸਟਰਾਂ ਨੂੰ ਉਤਸ਼ਾਹ ਦੇਣ ਵਾਲੇ ਗੀਤਾਂ ਤੇ ਵੀ ਰੋਕ ਲਾਈ ਜਾਵੇ ਪੰਜਾਬ ਨੂੰ ਪੰਜਾਬ ਰੱਖੋ ਮਿਰਜ਼ਾਪੁਰ ਨਾ ਬਣਾਓ ਇਸ ਤਰ੍ਹਾਂ ਦੋਸਤੋ ਮਨਕੀਰਤ ਔਲਖ ਦੀ ਫਰੈਂਡ ਨੇ ਇਹ ਵੱਡੇ ਖੁਲਾਸੇ ਕੀਤੇ ਹਨ ਅਤੇ ਮਨਕੀਰਤ ਔਲਖ ਦੀ ਸਪੋਰਟ ਕੀਤੀ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਦੋਸਤੋ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ